ਏ ਆਕਾਸ਼ਵਾਣੀ ਜੰਮੂ ਹਾਂ ਤੁਸ ਵਿਜੇ ਬਜਾਤ ਕੋਲਾ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਦੇ ਮੌਕੇ ਪਰ ਅੱਜ ਮੁਲਕ ਭਰ ਵਿੱਚ ਕਈ ਕਲਿਆਣਕਾਰੀ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਿਲਸਿਲੇ ਚ ਭਾਜਪਾ ਜਨਤਾ ਪਾਰਟੀ ਆਸਿਆ ਹਫਤਾ ਭਰ ਚੱਲਣ ਵਾਲਾ ਸੇਵਾ ਸਪਤਾ ਮਨਾਇਆ ਜਾ ਰਿਹਾ ਹੈ ਇਸ ਹਫਤੇ ਦੌਰਾਨ ਮੁਲਕ ਭਰ ਵਿੱਚ 14 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਕਈ ਸਾਰੇ ਕਾਰਜਕ੍ਰਮ ਕਰਵਾਏ ਜਾ ਰਹੇ ਹਨ ਜਿnde ਚ ਸਾਫ ਸਫਾਈ ਵਾਲੇ ਕਾਰਜਕ੍ਰਮ ਗਰੀਬ ਮਹਿਲਾਇਆਂ ਕੀ ਸੈਨੀਟਰੀ ਪੈਡ ਵੰਡਨੇ ਦਿਵਿਆਂਗਾਂ ਕੀ 威尔ਚੇਰਾਂ ਦੇਨੇ ਤੇ ਸਮਾਜ ਸੇਵਾ ਦੇ ਹੋਰ ਵੀ ਕਈ ਕਾਰਜਕ੍ਰ ਪਾਰਟੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਸੇਵਾ ਸਪਤਾਹਲੇ ਕਾਰਜਕ੍ਰਮ ਵਿੱਚ ਦੇ ਕਿਸੇ ਦੇ ਤੌਰ ਪਰ ਅੱਜ ਨਵੀਂ ਦਿੱਲੀ ਦੀ ਚਾਂਦਨੀ ਚੌਕ 'ਤੇ ਕਈ ਸਾਰੇ ਕਲਿਆਣ ਗਤੀਵਿਧੀਆਂ ਵਿੱਚ ਹਿੱਸਾ ਲੈ ਕਰਦੇ ਹਨ ਮੁਲਕ ਭਰ ਅੱਜ ਬੀਜੇਪੀ ਦੇ ਵੱਡੇ ਨੇਤਾ ਤੇ ਵਰਕਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਰਮਤੀਆੜੀ ਦੇ ਬਾਕਿਓਂ ਪਰ ਕਈ ਸਾਰੇ ਕਲਿਆਣਕਾਰੀ ਕਾਰਜਕ੍ਰਮ ਵਿੱਚ ਹਿੱਸਾ ਲੈ ਰਹੇ ਹਨ ਸ਼੍ਰੀਨਗਰ ਦੇ ਬਟਮਾਲੂ ਇਲਾਕੇ ਚਾਜ ਬੱਡਲਸ ਵਿਲਾਜ ਦੇ ਟਾਕਰੇ ਦਰਮਿਆਨ ਸੁਰੱਖਿਆ ਬਲ ਨੇ ਤਰ੍ਹਾਂ ਅਤਿਅੰਗਵਾਦੀ ਗੈਂਗਮਾਰੀ ਮੁਕਾਇਆ ਬਟਲਾ ਮੂਨਰੇ ਛੇੜੇ ਦੇ ਇਸ਼ਟਾਕਰੇਚਿਕ ਮਹਿਲਾ ਬਿਮਾਰੀ ਗਈ ਹੈ ਜਿਸ ਲੇ ਕੇ ਸੀਆਰਪੀਐਫ ਦੇ ਅਧਿਕਾਰੀ ਸਨੇ ਕੁੱਲ ਦੋ ਜਵਾਨ ਜ਼ਖਮੀ ਬਿਓਏ ਗਏ ਦਿਨ ਇਲਾਕੇ ਚ ਅਤੰਕਵਾਦੀਆਂ ਦੀ ਮੌਜੂਦਗੀ ਬਾਰੇ ਪੱਕੀ ਸੂਥ ਹੋਣੇ ਮਗਰਾਂ ਸੁਰੱਖਿਆ ਬਲੇ ਰਾਤੀ 2:30 ਵਜੇ ਬਟਮਾਲੂ ਦੇ ਫਿਰਦੌਸਾਬਾਦ ਇਲਾਕੇ ਚ ਕੇਰਾ ਬੰਦੀ ਤੇ ਤਪਾਈਲਾ ਅਭਿਆਨ ਚਲਾਇਆ ਇਹ ਅਭਿਆਨ ਉਸਲੇ ਟਾਕਰੇ ਚ ਤਬਦੀਲ ਹੋ ਗਿਆ ਜਿਸ ਲੇ ਉਥੇ ਛੱਪੇ ਦੇ ਅਤੰਕਵਾਦੀ ਸੁਰੱਖਿਆ ਬਲੇ ਉਪਰ ਗੋਲੀਆਂ ਚੜਾਏ ਦਿੱਤੀਆਂ ਟਾਕਰੇ ਚ ਜ਼ਖਮੀ ਹੋਏ ਦੇ ਜਵਾਨੇਂਗੇ ਹਸਪਤਾਲ ਚ ਪਰਥੀਕਰੋਇ ਦਿੱਤਾ ਗਿਆ ਲੈਫਟੀਨੈਂਟ ਗਵਰਨਰ ਮਨੋਜ ਸਿਨਾ ਹੋਰੀਆਂ ਆਖਿਆ ਕਿ ਕੁਸੇ ਵੀ ਵਿਕਸਿਤ ਤੇ ਪ੍ਰਗਤੀਸ਼ੀਲ ਸਮਾਜ ਲਈ ਬੁਨਿਆਦੀ ਸਹੂਲਤਾਂ ਸਭ ਨੇ ਸ਼ਾ ਪਹਿਲੀ ਸ਼ਰਤ ਨੇ ਉਹਨੇ ਆਖਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪ੍ਰਸ਼ਾਸਨ ਇਸ ਗੱਲ ਲਈ ਯਕੀਨੀ ਬਣਾਗ ਜੇ ਅਗਲੇ 2 ਮਹੀਨੇ ਦੇ ਦੋ ਬਰੇ ਦੇ ਅੰਦਰ ਅੰਦਰ ਸਭ ਨੇ ਕੀ ਇਹ ਸਹੂਲਤਾਂ ਹਸਲ ਹੋਣ ਕੱਲ ਸ਼੍ਰੀਨਗਰ ਦੇ ਖੋਨਮੋ ਬਲਾਕ ਚਿਕ ਜਨ ਸਭਾ ਕੀ ਸੰਬੋਧਿਤ ਕਰਦੇ ਹੋਏ ਲੈਫਟੀਨੈਂਟ ਗਵਰਨਰ ਹੋਰੀਆਂ ਇਹ ਗੱਲ ਆਖੀ 21 ਦਿਨਾਂ ਤੱਕ ਚੱਲਣ ਵਾਲੇ ਜਨ ਅਭਿਆਨ ਦੇ ਸਰਬੰਧ ਵਿੱਚ ਲੈਫਟੀਨੈਂਟ ਗਵਰਨਰ ਹੋਰੀਆਂ ਕੱਲ ਚਾਂਚਕ ਖੋਨਮੋ ਬਲਾਕ ਦਾ ਦੌਰਾ ਲਾਇਆ ਆਪਣੇ ਇਸ ਦੌਰੇ ਦੌਰਾਨ ਉਹਨੇ ਲੋਕ ਕੇਂਦਰ ਦੇ ਘਰਾਂ কা حصولਤਾ ਉਪਲਬਧ ਕਰਵਾਉਣ ਦੇ ਪ੍ਰਸ਼ਾਸਨ ਦੇ ਜਤਨਾਂ ਦਾ ਵੀ ਜਾਇਜ਼ਾ ਲਿਆ ਤਾਂ ਆਮ ਲੋਕਾਂ ਕੇ ਨਾਲ ਗੱਲ ਕਰਦੀ ਹੋਈ ਲੈਫਟੇਨੈਂਟ ਗਵਰਨਰ ਰੋ ਨੇ ਯਕੀਨ ਦਵਾਇਆ ਜੀ ਹੁੰਦੇ ਸਭ ਨੇ ਜਾਇਜ਼ ਮਸਲੇਂ ਕੀ ਪਹਿਲ ਦੀ ਬਿਨਾ ਉਪਰਾਲਾ ਕੀਤਾ ਜਾਗ ਉਹਨੇ ਸਰਬੰਧਤ ਤਹਿਲਕਾਰਾਂ ਨੂੰ ਨਿਰਦੇਸ਼ ਦਿੱਤੇ ਜਿਓ ਲੋਕ ਕੇਂਦਰ ਦੇ ਘਰ ਪੁੱਜੀ ਗਏ ਉਹਦੀਆਂ ਦਿੱਕਤਾਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਹਾਸਲ ਕਰਨ ਤੇ ਫਿਰ ਜਿੰਨਾ ਤਾਲੀ ਹੋਈ ਸਕੇ ਇਹਨੀਆਂ ਸਮੱਸਿਆਵਾਂ ਦਾ ਨਿਬੇੜਾ ਵੀ ਕਰਵਾਣ ਲੈਫਟੀਨੈਂਟ ਗਵਰਨਰ ਹੁੰਦੇ ਸਲਾਹਕਾਰ ਰਾਜੀਵ ਰਾਏ ਭਟਨਾਗਰ ਹੋਰ ਇਸ ਨਗਰ ਵਾਲੇ ਸਿਵਲ ਸਚਿਵਾਲੇ ਚ ਇੱਕ ਬੈਠਕ ਲਾਈ ਹੈ ਔਨ ਦੀ ਸਿਆਲੇ ਦੀ ਰੁੱਤਾ ਦਰਾਂ ਮਾੜੇ ਮੌਸਮ ਦੇ ਚਲਦੇ ਪੇਸ਼ ਆਉਣ ਵਾਲੀ ਕੁਸੇ ਵੀ ਚੁਣੌਤੀ ਕਰਨ ਨਿਬੜਨੇ ਜਨੇ ਮਾਮਲੇ ਪਰ ਵਿਆਪਕ ਚਰਚਾ ਕੀਤੀ ਸਲਾਹਕਾਰ ਭਟਨਾਗਰ ਹੋਰੇ ਅਫਸਰਾਂ ਪਰ ਜ਼ੋਰ ਪਾਇਆ ਜੇ ਉਹ ਸਭਨੇ ਸਤਰਾਂ ਪਰ ਅਗੇਤਰੇ ਗਿਆ ਕਾਰਜ ਯੋਜਨਾ ਤਿਆਰ ਕਰੀਏ ਰੱਖਣ ਦੇ ਇਲਾਵਾ ਭਾਰੀ ਬਰਫਬਾਰੀ ਕਾਰਨ ਪੇਸ਼ ਆਉਣ ਵਾਲੀ ਚੁਣੌਤੀਆਂ ਕਰਨ ਨਿਬੜਨੇ ਲਈ ਵੀ ਪਹਿਲਾਂ ਹੀ ਯੋਜਨਾ ਬਣਾਈਏ ਰੱਖਣ सलाहकारوري அம்ਸਰਿੰਗ ਦੇ ਨਿਰਦੇਸ਼ ਤਤਾ ਜਿਓ ਅਰ ਰੋਸ 24 ਘੰਟੇ ਕੰਮ ਕਰਨ ਵਾਲੇ ਸਾਂਝੇ ਨਿਯੰਤਰਣ ਕਕਸ਼ ਕਾਇਮ ਕਰਨ ਹੁਨੇ ਅਮਸਰਿੰਗ ਦੀ ਪੀ ਆਖਿਆ ਜਿਓ ਮੌਸਮ ਦੇ ਸੂਰਤਿਆਲ ਬਾਰੇ ਤਾਜ਼ਾ ਤਰੀਨ ਜਾਣਕਾਰੀਆਂ ਹਸਲ ਕਰਦੇ ਰਹਿਣੇ ਆਸਤੇ ਮੌਸਮ ਵਿਭਾਗ ਕੰਨੇ ਨੇੜ ਮਾ ਤਾਲਮੇਲ ਬਨਾਈਏ ਕੰਮ ਕਰਨ ਹੁਨੇ ਸਰਬੰਧ ਤਿਆਲ ਕਾਰੇ ਪਰ ਜ਼ੋਰ ਪਾਇਆ ਜਿਓ ਛਿਟਕੇਂ ਪ੍ਰ ਬਰਫਡਾਨ ਯਾਸਤੇ ਤਵਲੇਛਾ ਤਵਲੇ ਸਭੇ ਆਧੁਨਿਕ ਉਪਕਰਣ ਵੀ ਤਿਆਰ ਕਰੀਏ ਰੱਖਣ ਭਾਰਤ, ਬ੍ਰਾਜ਼ੀਲ ਤੇ ਦੱਖਣ ਅਫਰੀਕਾ ਨੇ ਆਲਮੀ ਬਰਾਦਰੀ ਅੱਗਿਆ ਪੀਰ ਕੀਤੀ ਹੈ ਜੀਓ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਚ ਤੇਜ਼ੀਆ ਕਰਨੇ ਤੇ ਵਿਆਪਕ ਸੁਧਾਰੀਆਂ સ્ਥਾਪਨੇ ਜਤਨੇਗੇ ਦੁਨਿਆ ਕਰੀ ਦੇਣ। ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਹੋਰੇ ਜੰਦੇਰੋਜ਼ ਵੀਡੀਓ ਕਾਨਫਰੈਂਸ ਰਾਹੀਂ ਆਈਬੀਐਸਏ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਚ ਸਾਲਾਤਾ। ਇਸ ਮੌਕੇ ਪਰ ਸਪਣੇ ਵਿਦੇਸ਼ ਮੰਤਰੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਚ ਸੁਧਾਰੀਆਂ ਤੇ ਸਾਂਝਾ ਬਿਆਨ ਜਾਰੀ ਕੀਤਾ। ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰੂ ਨੇ ਗਲਾਇਆ ਜੀ ਆਈਬੀਐਸਏ ਦੇ ਵਿਦੇਸ਼ ਮੰਤਰੀ ਨੇ ਸਰਕਾਰੇ ਸਰਕਾਰੇ ਪਿਸ਼ਕਾਰ ਗਲਬਾਤ ਵਾਲੀ ਪ੍ਰਕਿਰਿਆ ਜੋ ਸੁਧਾਰ ਦੀ ਮੱਠੀ ਰਫ਼ਤਾਰ ਪਰ ਚਿੰਤਾ ਜ਼ਾਰ ਕੀਤੀ ਵਿਦੇਸ਼ ਮੰਤਰੀ ਨੇ ਆਈਬੀਐਸਏ ਪਿਸ਼ਕਾਰ ਸਹਿਯੋਗ ਔਰ ਬਦਾਨੇ ਬਾਰੇ ਵੀ ਵਿਚਾਰ ਸਾਂਝੇ ਕੀਤੇ ਇਤਲਾਵਾ ਉਹਨੇ ਕੋਲ ਸੰਚਾਰੀ ਮੱਤਵਾਲੇ ਬਾਕ-ਬਾਕ ਮੁੱਦੇ ਜਿਹਾ ਇਰਮਾਨਦਾਰੀ ਸੁਰੱਖਿਆ ਅਤੰਕਵਾਦ ਤੱਕ ਕਿੱਥੇ ਰਲਿਏ ਮੁਕਾਬਲਾ ਕਰਨੇ ਤੇ ਜਲਵਾਯੂ ਪਰਿਵਰਤਨ ਬਾਰੇ ਵੀ ਗੱਲਬਾਤ ਕੀਤੀ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਜਿਪਾਰਤ ਚ ਕੋਵਿਡ-19 ਦੇ ਕੁੱਲ ਮਾਮਲੇ ਦੀ ਗਿਣਤੀ 5.4 ਲੱਖ ਕੋਲਾਪਾਰ ਹੋਈ ਗਈ ਹੈ। ਪਿਛਲੇ 24 ਘੰਟੇ ਦੇ ਦੌਰਾਨ ਮੁਲਕ ਪਰੇਚ ਕਰੋਨਾ ਵਾਇਰਸ ਦੇ 97894 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਤੇ ਚਲਦੇ ਮੁਲਕ ਚ ਉਹਨੇ ਦੇ ਕੁੱਲ ਮਾਮਲੇ ਦੀ ਗਿਣਤੀ ਵਧਿਆ 5.18254 ਤੱਕ ਰਹਿ ਗਈ ਹੈ। ਇੰਨੇ ਚ 10.9976 ਸਕਰੀਏ ਮਾਮਲੇ ਨੇ ਤਕਰੀਬਨ 40 ਲੱਖ 25080 ਮਰੀਜ਼ ਕਰੋਨਾ ਵਾਇਰਸ ਤੋਂ ਠੀਕ ਵੀ ਹੋਏ ਕੇ ਦਿਨ ਜਿਸ ਲਈ ਕਿ 83198 ਲੋਕਾਂ ਦੀ ਅਜੇ ਤੱਕ ਇਸ ਮਹਾਮਾਰੀ ਕਰੀਏ ਮੌਤ ਵੀ ਹੋਈ ਕੇ ਦੀ ਹੈ ਉਨਰ ਵਿਕਾਸ ਤੇ ਸਕੂਲੀ ਸਿੱਖਿਆ ਮਹਿਕਮੇ ਦੇ ਪ੍ਰਧਾਨ ਸਚਿਵ ਡਾਕਟਰ ਅਸਕਰ ਹਸਨ ਸਮੂਨ ਹੋਰੇ ਰਾਸ਼ਟਰੀ ਸਿੱਖਿਆ ਨੀਤੀ ਕੀ ਲਾਗੂ ਕਰਨੇ ਤੇ ਪ੍ਰਾਇਮਰੀ ਸਤਾ ਕੋਲਾ ਪਹਿਲੇ ਅਧਿਆਪਕਾਂ ਦੀ 12 ਸਿਖਲਾਈ ਦੁਆਨੇ ਦੇ ਪ੍ਰਬੰਧਾਂ ਬਾਰੇ ਕੱਲ ਇੱਕ ਬੈਠਕ ਦੌਰਾਨ ਚਰਚਾ ਕੀਤੀ ਸਿੱਖਿਆ ਮਹਿਕਮੇ ਦੇ ਅਫਸਰਾਂ ਕਨੇ ਸ਼੍ਰੀਨਗਰ ਚ ਲੱਗੀ ਦੀ ਇੱਕ ਬੈਠਕ ਚ ਰਾਸ਼ਟਰੀ ਸਿੱਖਿਆ ਨੀਤੀ ਦੀ ਰਮਾਨਦਾਰੀ ਤੇ ਵਿਵਸਥਾ ਲੈ ਟੰਗਾ ਸਿਰ ਲਾਗੂ ਕਰਨੇ ਬਾਰੇ ਨਿਯਮੇ ਕਾਇਦੇ ਤੇ ਉਪਚਾਰਿਕਤਾਵਾਂ ਦੇ ਬਾਰੇ ਚ ਤਫਸੀਲੀ ਸੋਚ ਵਿਚਾਰ ਕੀਤਾ ਗਿਆ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਚ ਮਤਿਆਨ ਕਰਵਾਣੀ ਲੌਕੇ ਬੱਚਿਆਂ ਦੀ ਸਿੱਖਿਆ ਬਾਰੇ ਨਿਯਮ ਤਰੀਕਾ ਕਾਰ ਤਿਆਰ ਕਰਨੇ ਤੇ ਅਧਿਆਪਕਾਂ ਦੀ ਸਿਖਲਾਈ ਦੇਣੇ ਬਾਰੇ ਨੀਤੀ ਤੈਅ ਕਰਨੇ ਬਾਰੇ ਵੀ ਇਸ ਮੌਕੇ ਸੋਚ ਵਿਚਾਰ ਕੀਤਾ ਗਿਆ ਲੇਫਟੀਨੈਂਟ ਗਵਰਨਰ ਹੁੰਦੇ ਸਲਾਹਕਾਰ ਬਸੀਰ ਅਹਿਮਦ ਖਾਨ ਹੋਰ ਕੱਲ 18 ਸਤੰਬਰ ਦੀ ਜੰਮੂ ਦੇ ਕਨਾਲ ਰੋਡ ਵਾਲੇ ਕਨਵੈਨਸ਼ਨ ਸੈਂਟਰ 'ਚ ਬਟੇਲਾ 10 ਵਜੇ ਤੁਹਾਡੇ ਇੱਕ ਜਨਤਾ ਦਰਬਾਰ ਲਾਈ ਹੈ ਆਮ ਲੋਕਾਂ ਦੀਆਂ ਦਿੱਕਤਾਂ ਸਮੱਸਿਆਵਾਂ ਸੁਣਨਗੇ ਜਿਹੜੇ ਵੀ ਲੋਕ ਜਾਂ ਡੈਲੀਗੇਸ਼ਨ ਆਪਣੀ ਗੱਲ ਸਰਕਾਰ ਅੱਗੇ ਰੱਖਣਾ ਚਾਹੁੰਦੇ ਨੇ ਉਹ ਤੈਅ ਸਮੇਂ ਤੇ ਤਰੀਕ ਪਰ ਉੱਥੇ ਜੇਈਏ ਸਲਾਹਕਾਰوں ਦਨੇ ਮਲਾਟੀ ਲਈ ਸਕਦੇ ਨੇ ਉੰਗਾ ਉੱਥੇ ਜਾਣਿਆ ਵਾਲੇ ਲੋਕਾਂ ਜਾਂ ਡੈਲੀਗੇਸ਼ਨਾਂ ਕੀ ਕੋਵਿਡ ਮਹਾਮਾਰੀ ਕੀ ਦਿੱਖਤੀ ਹੋਈ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਣ ਦਾ ਪਾਲਨ ਵੀ ਯਕੀਨੀ ਬਣਾਉਣਾ ਹੋਗਾ ਜਮੂ ਕਸ਼ਮੀਰ ਸਰਕਾਰ ਨੇ ਕੋਵਿਡ-19 ਮਹਾਮਾਰੀ ਕਾਰਨ ਲਾਇਗੇ ਦੇ ਲਾਕਡਾਊਨ ਦੇ ਚਲਦੇ ਮੁਲਕਾ ਦੇ ਬਾਕੀ-ਬਾਕੀ ਸੈਂਟਰ ਕੋਏ ਦੇ ਆਪਣੇ 449806 ਬਸਨੀਕੇਂ ਕੀ ਲਖਨਪੁਰ ਵਾਲੇ ਰਸਤੇ ਤੇ ਵਿਸ਼ੇਸ਼ ਰੇਲ ਗੱਟੀਆਂ ਰਾਹੀਂ ਅਜਿੰਦਗਰ ਵਾਪਸ ਆਣਿਆ ਹੈ ਇਹਨੇ ਬਸਨੀ ਕੰਦੀ ਵਾਪਸੀ ਦੌਰਾਨ ਮਾਨਕ ਸੰਚਾਲਨ ਵਾਲੀ ਸਭਨੇ ਪ੍ਰਕਿਰਿਆਵਾਂ ਦਾ ਪੂਰਾ ਪੂਰਾ ਪਾਲਨ ਯਕੀਨੀ ਬਣਾਇਆ ਗਿਆ ਹੈ। ਰਾਂਬਨ ਜ਼ਿਲ੍ਹੇ ਚ ਚੰਦਰਾਤੀ ਹੋ ਦੇਖ ਛੜਕਾਂ ਸੇ ਜੀਕੇ ਜਨੇ ਦੀ ਮੌਕੇ ਪਰ ਗੈਮ ਹੋ ਤੋਈ ਗਈ ਜਿਸ ਲੇ ਕੇ ਇੱਕ ਹੋਰ ਜਨਾ ਗੰਭੀਰ ਤੌਰ ਉਪਰ ਜ਼ਖਮੀ ਹੋ ਗਿਆ। ਇਹ ਹਾਦਸਾ ਉਸਲੇ ਪੇਛਾ ਆਇਆ ਜਿਸ ਲੇ ਕੋਲੇ ਕਨੇਲ ਦੋਏ ਦਾ ਸ਼ਿਨਗਰ ਚਾਰ ਦਾ ਇੱਕ ਟਰੱਕ ਜ਼ਿਲ੍ਹੇ ਦੇ ਚੰਦਰਕੋਟ ਇਲਾਕੇ ਚ ਪੀੜਾ ਪੁਲਕਾਸ਼ੇ ਛੜਕਿਆ ਪਰ ਰੁਲ ਕੀਏ ਏਚ ਡੂੰਗੀ ਖੱਡਾ ਚ ਚਾਈ ਪਿਆ। ਟਰੱਕ ਡਰਾਈਵਰ ਦੀ ਮੌਕੇ ਪਰ ਗੈਮ ਹੋ ਤੋਈ ਗਈ ਜਿਸ ਲੇ ਕੇ ਉਦਾ ਸਹੋਗੀ ਗੰਭੀਰ ਤੌਰ ਉ